ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਭਾਵੇਂ ਤੁਹਾਨੂੰ ਤੁਹਾਡੇ ਅਮੀਰ ਵਿਰਸੇ ਤੇ ਪੁਰਾਤਨ ਸੱਭਿਆਚਾਰਕ ਸਾਂਝਾਂ ਦੀ ਯਾਦ ਤਾਜ਼ਾ ਕਰਵਾ ਰਹੀਆਂ ਹੋਣ। ਪਰ ਪੰਜਾਬ ਦੇ ਇਹ ਵਿਰਾਸਤੀ ਮੇਲੇ ਵੀ ਹੁਣ ਕੋਰੋਨਾ ਮਹਾਮਾਰੀ ਦੀ ਗ੍ਰਿਫਤ ਵਿੱਚ ਲੁਪਤ ਹੁੰਦੇ ਜਾ ਰਹੇ ਨੇ। ਕਦੇ ਸਮਾਂ ਸੀ ਜਦ ਕਿਸਾਨ ਆਪਣੀ ਹਾੜੀ ਦੀ ਪੱਕੀ ਫਸਲ ਮੌਕੇ ਲੱਗਣ ਵਾਲੇ ਵਿਸਾਖੀ ਦੇ ਮੇਲੇ ਤੋਂ ਕਈ ਕਈ ਦਿਨ ਪਹਿਲਾਂ ਮੇਲੇ ਦੀਆਂ ਤਿਆਰੀਆਂ ਖਿੱਚ ਲੈਂਦਾ ਸੀ। ਚਿੱਟੇ ਚਾਦਰੇ ਮੋਢਿਆਂ ਤੇ ਸਮਾਂ ਵਾਲੇ ਖੁੰਡੇ ਤੇ ਗਲਾਂ ਵਿੱਚ ਪਾਏ ਕੈਂਠਿਆਂ ਵਾਲੇ ਪੰਜਾਬੀ ਇਹ ਬੋਲੀਆਂ ਪਾਉਂਦੇ ਦਿਖਾਈ ਦਿੰਦੇ ਸਨ ਕਿ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਪਰ ਹੁਣ ਕਰੋਨਾ ਨੇ ਸਭ ਖਤਮ ਕਰ ਦਿੱਤਾ। ਕੰਮ ਕਾਰ ਜੀ ਅੱਗੇ ਵਾਲਾ ਤਾਂ ਹੈ ਨਹੀਂ ਜੀ, ਜਮਾ ਹੀ ਅੱਗੇ ਵਧੀਆ ਮੇਲੇ ਭਰਦੇ ਸੀਗੇ, ਹੁਣ ਘੱਟ ਗਏ ਜੀ ਕਰੋਨਾ ਕਰਕੇ, ਜਮਾ ਹੀ ਖਤਮ ਹੋ ਗਿਆ। ਬਸ ਸਾਡੇ ਇਹੀ ਹੈ ਵੀ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ। ਗਰੀਬ ਬੰਦੇ ਅਸੀਂ ਕੰਮ ਕਾਰੋਬਾਰ, ਜੇ ਕੰਮ ਕਰਾਂਗੇ ਫਿਰ ਬੱਚਿਆਂ ਨੂੰ ਖਵਾਵਾਂਗੇ। ਇਹ ਕੰਮ ਬੰਦ ਕਰੀ ਜਾਂਦੇ ਜੀ, ਸਰਕਾਰ ਨੂੰ ਸਾਡੇ ਇਹੀ ਹੈ ਵੀ ਕੰਮ ਕਾਰ ਵਧੀਆ ਚੱਲਣਾ ਚਾਹੀਦਾ ਸਾਡਾ। ਪਹਿਲਾਂ ਤਾਂ ਜੀ ਲੋਕਡਾਊਨ ਵੇਲੇ ਦਾ ਬੰਦਾ ਹੀ ਚੱਲਦਾ ਸੀ, ਹੁਣ ਥੋੜ੍ਹਾ ਜਿਹਾ ਹੌਲੀ ਹੌਲੀ ਰੁਝਾਨ ਮੇਲੇ ਨਹੀਂ ਹੁੰਦਾ ਜਾਂਦਾ ਲੋਕਾਂ ਦਾ, ਅਤੇ ਸਾਡਾ ਵੀ ਇਹਦੇ ਨਾਲ ਟਾਈਮ ਪਾਸ ਹੋਣ ਲੱਗ ਗਿਆ। ਪਹਿਲਾਂ ਸਾਡਾ ਵੀ ਬਹੁਤ ਬੰਦੇ ਜਾ ਰਹੇ ਸੀ ਕੰਮ ਜੀ। ਸਰਕਾਰ ਦੁਬਾਰਾ ਫਿਰ ਲੋਕਡਾਊਨ ਲਗਾਉਣ ਜਾ ਰਹੀ ਹੈ, ਠੀਕ ਹੈ, ਉਸ ਨੂੰ ਲੈ ਕੇ ਕੀ ਕਹਿਣਾ? ਉਹਦੇ ਬਾਰੇ ਸਾਡਾ ਇਹੀ ਵਿਚਾਰ ਹੈ ਜੀ, ਕਿਤੇ ਤਾਂ ਵੱਡੇ ਵੱਡੇ ਇਕੱਠ ਹੋ ਰਹੇ ਆ, ਅਤੇ ਜਿਹੜਾ ਸਾਡਾ ਕਾਰੋਬਾਰ ਹੈ ਮੇਲਿਆਂ ਨਾਲ ਸੰਬੰਧਿਤ, ਅਤੇ ਸਰਕਾਰ ਮੇਲਿਆਂ ਨੂੰ ਬੰਦ ਕਰਨਾ ਚਾਹੁੰਦੀ ਹੈ, ਸਰਕਾਰ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਕੁਛ ਨਾ ਕੁਛ। ਰੇੜੀ ਫੜੀ ਵਾਲਿਆਂ ਦੀ ਰੋਜ਼ੀ ਰੋਟੀ ਦਾ ਵਸੀਲਾ ਬਣਦੇ ਇਹ ਮੇਲੇ ਹੁਣ ਉਹਨਾਂ ਲਈ ਘਾਟੇ ਦਾ ਵਣਜ ਬਣਦੇ ਜਾ ਰਹੇ ਨੇ। ਦੁਕਾਨਦਾਰਾਂ ਦੀ ਮੰਨੀਏ ਤਾਂ ਹੁਣ ਇਹ ਵਪਾਰ ਉਹਨਾਂ ਨੂੰ ਕਰਜ਼ਾਈ ਕਰ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਲੋਕਡਾਊਨ ਨੇ ਗਰੀਬਾਂ ਨੂੰ ਦੀਵਾਲੀਏ ਬਣਾ ਦਿੱਤਾ, ਅਤੇ ਹੁਣ ਸਰਕਾਰ ਵੱਲੋਂ ਜਨਤਕ ਥਾਵਾਂ 'ਤੇ ਭੀੜ ਹੋਣ ਵਾਲੀ ਲਾਈ ਪਾਬੰਦੀ ਉਹਨਾਂ ਨੂੰ ਭੁੱਖ ਨਾਲ ਮਰਨ ਲਈ ਮਜਬੂਰ ਕਰ ਰਹੀ ਹੈ। ਕੰਮ ਧੰਦੇ ਦਾ ਸਰ ਆਇਆ ਵੀ ਬਿਲਕੁਲ ਹੀ ਬੁਰਾ ਹਾਲ ਹੈ ਜੀ ਕੰਮ ਧੰਦੇ ਦਾ। ਦੇਖੋ ਜੀ, ਇੱਕ ਤਾਂ ਮੇਰਾ ਪੱਟ ਟੁੱਟਿਆ ਹੋਇਆ, ਆਹ ਕੰਮ ਮਾੜਾ ਮੋਟਾ ਚਲਾਇਆ ਸੀ, ਇਹ ਵੀ ਕਰੋਨਾ ਦਾ ਕਰਕੇ ਬੰਦ ਹੀ ਹੈ ਜੀ। ਕੋਈ ਗਾਹਕ ਪੈਸੇ ਨਹੀਂ ਲਾ ਰਿਹਾ, ਜੇ ਅਸੀਂ ਇੱਧਰੋਂ ਲਾ ਕੇ ਹਾਂ ਤਾਂ ਕੋਈ ਪੈ ਲੈ ਨਹੀਂ ਰਿਹਾ। ਹੁਣ 100 ਕਿਲੋਮੀਟਰ 80-85 ਕਿਲੋਮੀਟਰ ਤੋਂ ਬਿਲਾਸਪੁਰ ਪਿੰਡ ਆ ਜੀ ਮੇਰਾ, ਇੱਥੇ ਆਇਆ ਮੈਂ, ਅਤੇ ਦੇਖ ਲਓ ਉਹਦਾ ਗੱਡੀ ਦਾ ਖਰਚਾ ਵੀ ਮੈਨੂੰ ਪੈਣਾ ਜੀ, ਅਤੇ ਉਹਦੇ ਵਿੱਚ ਮੇਰਾ ਆਪਦਾ ਕਿਰਾਇਆ ਵੀ ਨਹੀਂ ਪੂਰਾ ਹੁੰਦਾ। ਕੀ ਕਰੂਗਾ ਬੰਦਾ ਜੀ, ਕਿੱਧਰ ਜਾਊਗਾ? ਕਾਰੋਬਾਰ ਬਸ ਕਰਜ਼ਾ ਚੱਕ ਕੇ ਚਲਾਇਆ ਜੀ, ਬਸ ਬੈਠੇ ਹਾਂ ਵਿਹਲੇ, ਬਸ ਆਹੀ ਮੇਲੇ ਚੱਲਣ ਲੱਗੇ ਇੱਕ ਦੋ ਜੀ। ਗਾਹਕੀ ਬਸ ਆਈ ਆ ਜੀ, ਬਸ ਗੇੜੇ ਮਾਰਨ ਵਾਲੀ ਆ, ਤੁਰੀ ਫਿਰਦੀ ਆ, ਹੈ ਨਹੀਂ ਕੰਮ ਜੀ ਬਿਲਕੁਲ, ਮੰਦਾ ਹੀ ਆ। ਕੀ ਮੰਨ ਹੈ, ਜਵਾਕ ਭੁੱਖੇ ਮਾਰਨ ਵਾਲਾ ਕੰਮ ਆ ਜੀ। ਸਰਕਾਰ ਤੋਂ ਮੰਗ ਤਾਂ ਇਹੀ ਆ ਵੀ ਸਾਡਾ ਉਵੇਂ ਢਾਂਚਾ ਚੱਲਣ ਦਿਓ ਜਿਵੇਂ ਚੱਲਦਾ ਗਾ, ਬਿਮਾਰੀ ਆਪਦੀ ਜਗ੍ਹਾ ਗੀ। 10 ਮਹੀਨੇ ਸੰਤਾਪ ਹੰਢਾ ਕੇ ਮੇਲਿਆਂ ਤੇ ਦੁਕਾਨਾਂ ਲਾਉਣ ਵਾਲਿਆਂ ਨੇ ਕਿਹਾ ਕਿ ਭਾਵੇਂ ਹੁਣ ਥੋੜ੍ਹਾ ਬਹੁਤਾ ਕੰਮ ਸ਼ੁਰੂ ਹੋਇਆ ਪਰ ਪਹਿਲਾਂ ਵਰਗਾ ਗ੍ਰਾਹਕ ਨਹੀਂ, ਜਿਸ ਕਾਰਨ ਉਹਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਪੱਲਿਓਂ ਕਿਰਾਇਆ ਲਾ ਕੇ ਆਈਦਾ ਅਤੇ ਖਾਲੀ ਹੱਥ ਮੁੜ ਚਾਹੀਦਾ। ਸਰਕਾਰ ਹੁਣ ਫਿਰ ਤੋਂ ਕੋਰੋਨਾ ਦੇ ਚੱਲਦੇ ਲੋਕਡਾਊਨ ਲਗਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਉਹਨਾਂ ਖਦਸ਼ਾ ਪ੍ਰਗਟਾਇਆ ਕਿ ਜੇਕਰ ਲੋਕਡਾਊਨ ਲਗਾਇਆ ਤਾਂ ਉਹਨਾਂ ਦੀ ਰੋਜ਼ੀ ਰੋਟੀ ਬਿਲਕੁਲ ਖਤਮ ਹੋ ਜਾਏਗੀ। ਦੁਕਾਨਦਾਰਾਂ ਨੇ ਕਰਜ਼ਾ ਚੱਕ ਕੇ ਆਪਣੇ ਕਾਰੋਬਾਰ ਮੁੜ ਸ਼ੁਰੂ ਕੀਤਾ ਅਤੇ ਹਾਲੇ ਕੰਮ ਇੰਨੇ ਨਹੀਂ ਚੱਲ ਰਹੇ ਕਿ ਉਹ ਕਰਜ਼ਾ ਉਤਾਰ ਸਕਣ। ਹੁਣ ਦੇਖਣਾ ਇਹ ਬਣਦਾ ਹੈ ਕਿ 2 ਟਾਈਮ ਦੀ ਰੋਜ਼ੀ ਰੋਟੀ ਨੂੰ ਮੁਹਤਾਜ ਇਹਨਾਂ ਰੇੜੀ ਫੜੇ ਵਾਲਿਆਂ ਦੀ ਸਰਕਾਰ ਕੋਈ ਮਦਦ ਕਰੇਗੀ ਜਾਂ ਨਹੀਂ। ਬਿਊਰੋ ਰਿਪੋਰਟ, ETV ਭਾਰਤ।